ਲੋਕਾਂ ਨੂੰ ਖਾਣ ਦਾ ਬਹੁਤ ਸ਼ੌਂਕ ਹੈ ਤੇ ਮੈਨੂੰ ਖਿਲਾਉਣ ਦਾ ਬਹੁਤ ਸ਼ੌਂਕ ਹੈ। ਮੈਂ ਦਿੱਲੀ ਦੀ ਚੀਜ਼ ਕੁਛ ਅੰਮ੍ਰਿਤਸਰ 'ਚ ਲੈ ਕੇ ਆਈ ਹਾਂ। ਪੰਜਾਬ ਟੀਵੀ ਦੇਖ ਰਹੇ ਸਭੀ ਦਰਸ਼ਕਾਂ ਦਾ ਮੈਂ ਤੁਹਾਨੂੰ ਬਹੁਤ ਬਹੁਤ ਸਵਾਗਤ ਕਰਦੀ ਹਾਂ ਅਤੇ ਦਰਸ਼ਕੋ ਖਾਣ ਪੀਣ ਦੀ ਚੀਜ਼ਾਂ ਹੋਰ ਐਕਸਪਲੋਰ ਕਰਦੇ ਕਰਦੇ ਮੈਂ ਪਹੁੰਚ ਚੁੱਕੀ ਹਾਂ ਇੱਕ ਕਾਰਟ 'ਤੇ ਜਿੱਥੇ ਕਿ ਕ੍ਰਿਸਪੀ ਬਰਗਰ ਮਿਲਦਾ ਹੈ ਅਤੇ ਆ ਜੋ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜਿਨ੍ਹਾਂ ਨੇ ਨਵਾਂ ਕਾਰਟ ਸਟਾਰਟ ਕੀਤਾ ਹੈ। ਤਾਂ ਸਭ ਤੋਂ ਪਹਿਲਾਂ ਮੈਮ ਮੈਂ ਸਵਾਗਤ ਕਰਨਾ ਚਾਹੂੰਗੀ ਗੇਟ ਪੰਜਾਬ ਟੀਵੀ ਦੇ ਵਿੱਚ ਤੁਹਾਡਾ। ਤੁਸੀਂ ਕਿਸ ਤਰ੍ਹਾਂ ਸੋਚਿਆ ਕਿ ਲਿਆਓ ਮੈਂ ਕ੍ਰਿਸਪੀ ਬਰਗਰ ਲੋਕਾਂ ਲਈ ਲੈ ਕੇ ਆਵਾਂ? ਓਕੇ, ਸੋ ਮੈਨੂੰ ਖਾਣਾ ਬਣਾਉਣ ਦਾ ਬਹੁਤ ਸ਼ੌਂਕ ਹੈ। ਸੋ ਮੈਂ ਇਹ ਸੋਚਿਆ ਨਹੀਂ ਸੀ ਇਸ ਸੈਟਅਪ ਦੇ ਬਾਰੇ ਕਿ ਮੈਂ ਸਟਾਰਟ ਕਰਨਾ ਹੈ। ਇਹ ਮੇਰੇ ਫਰੈਂਡ ਦਾ ਆਈਡੀਆ ਸੀ, ਇਹਨਾਂ ਦਾ ਆਈਡੀਆ ਸੀ ਕਿ ਅਸੀਂ ਕੁਛ ਸਟਾਰਟਅਪ ਕਰਦੇ ਹਾਂ ਨਿਊ, ਕਿ ਕਿਉਂਕਿ ਅੱਜ ਕੱਲ੍ਹ ਫੂਡ ਦਾ ਬਹੁਤ ਟ੍ਰੈਂਡ ਹੈ ਨਾ, ਲੋਕ ਸੋਚਦੇ ਨੇ ਕਿ ਕੁਛ ਨਈ ਚੀਜ਼ ਖਾਈਏ। ਹਾਂ, ਕੁਛ ਨਈ ਚੀਜ਼ ਖਾਈਏ ਔਰ ਲੋਕਾਂ ਨੂੰ ਖਾਣ ਦਾ ਬਹੁਤ ਸ਼ੌਂਕ ਹੈ ਅਤੇ ਮੈਨੂੰ ਖਿਲਾਉਣ ਦਾ ਬਹੁਤ ਸ਼ੌਂਕ ਹੈ। ਸੋ ਅਸੀਂ ਫਿਰ ਉਹੀ ਸੋਚਿਆ ਕਿ ਅਗਰ ਅਸੀਂ ਘਰ ਨਵੀਂ ਨਵੀਂ ਚੀਜ਼ਾਂ ਬਣਾ ਕੇ ਟਰਾਈ ਕਰਦੇ ਹਾਂ ਅਤੇ ਵਾਈ ਨੋਟ ਅਸੀਂ ਇਸੇ ਨੂੰ ਹੀ ਐਜ਼ ਅ ਸਟਾਰਟਅਪ ਯੂਜ਼ ਕਰੀਏ। ਸੋ ਦੈਟਸ ਵਾਈ ਵੀ ਆਰ ਹੇਅਰ ਨਾਊ। ਮੈਮ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸਟਾਰਟ ਕੀਤੇ ਹੋਏ ਤੇ ਕਿਸ ਤਰ੍ਹਾਂ ਸਟਾਰਟ ਕੀਤਾ, ਕਿਸ ਤਰ੍ਹਾਂ ਆਈਡੀਆ? ਆਲਮੋਸਟ 2 ਮੰਥਸ ਹੋਣ ਵਾਲੇ ਨੇ ਸਾਨੂੰ ਯਹਾਂ ਪੇ ਇੱਥੇ ਕਾਰਟ ਸਟਾਰਟ ਕੀਤੇ ਨੂੰ। ਸੋ ਬਸ 2 ਮੰਥ ਹੋਣ ਵਾਲੇ ਔਰ ਕਾਫੀ ਅੱਛਾ ਹੈ ਐਕਸਪੀਰੀਅੰਸ ਔਰ ਲੋਕਾਂ ਦਾ ਰਿਸਪੋਂਸ ਵੀ ਬਹੁਤ ਅੱਛਾ ਹੈ, ਜੋ ਮੈਂ ਬਣਾ ਕੇ ਖਿਲਾ ਰਿਹਾ ਲੋਕਾਂ ਨੂੰ ਬਹੁਤ ਪਸੰਦ ਵੀ ਆ ਰਿਹਾ। ਸਪੈਸ਼ਲ ਚੀਜ਼ ਸੁਣੀ ਹੈ, ਕ੍ਰਿਸਪੀ ਬਰਗਰ ਹੈ ਤੇ ਉਹ ਸਾਨੂੰ ਵੀ ਇੱਕ ਪਲੇਟ ਬਣਾ ਕੇ ਦਿਖਾਓ ਤੇ ਕਿਸ ਤਰ੍ਹਾਂ ਬਣਾਉਂਦੇ ਹੋ? ਓਕੇ, ਸੋ ਕ੍ਰਿਸਪੀ ਬਰਗਰ ਇੱਕ ਤੇ ਦਿੱਲੀ ਦੇ ਵਿੱਚ ਬਹੁਤ ਫੇਮਸ ਹੈ। ਸੋ ਲੋਕ ਸੋਚਦੇ ਨੇ ਕਿ ਕੁਝ ਬਾਹਰ ਦੀ ਚੀਜ਼ ਜੈਸੇ ਮੁੰਬਈ ਦਾ ਵੜਾ ਪਾਓ, ਰਾਈਟ? ਤੋ ਉਹ ਸਿਰਫ ਮੁੰਬਈ 'ਚ ਨਹੀਂ ਮਿਲੇਗਾ, ਤੁਹਾਨੂੰ ਦਿੱਲੀ 'ਚ ਮਿਲੇਗਾ। ਤੇ ਮੈਂ ਦਿੱਲੀ ਦੀ ਚੀਜ਼ ਕੁਝ ਅੰਮ੍ਰਿਤਸਰ 'ਚ ਲੈ ਕੇ ਆਈ ਹਾਂ। ਸੋ ਹੇਅਰ ਇਟ ਇਜ਼। ਸੋ ਸਭ ਪਹਿਲੇ ਤਾਂ ਜਿਹੜੀ ਅਸੀਂ ਆਲੂ ਦੀ ਯੂਜ਼ ਕਰਦੇ ਹਾਂ ਟਿੱਕੀ, ਉਹ ਫਰੈਸ਼ ਹੈ, ਅਸੀਂ ਮਾਰਕੀਟ ਤੋਂ ਨਹੀਂ ਲਿਆਉਂਦੇ। ਘਰ ਵਿੱਚ ਸਭ ਕੁਛ ਹੈ, ਸਭ ਕੁਛ ਫਰੈਸ਼ ਹੈ, ਘਰ ਦੇ ਵਿੱਚ ਬਣਾਈਦਾ ਔਰ ਡੇਲੀ ਬਣਦਾ ਕਿਉਂਕਿ ਫਿਨਿਸ਼ ਹੋ ਜਾਂਦਾ। ਫਿਰ ਡੇਲੀ ਆਪਾਂ ਆਲੂ ਦੀ ਟਿੱਕੀ ਵਿੱਚ ਕੁਛ ਕਰਦੇ ਮਸਾਲੇ, ਕੁਛ ਸੀਕਰੇਟ ਇਨਗਰੀਡੀਅੰਟਸ ਸਾਰੇ ਯੂਜ਼ ਕਰਕੇ ਇੱਕ ਪ੍ਰੋਪਰ ਫਰੈਸ਼ ਆਲੂ ਦੀ ਟਿੱਕੀ ਅਸੀਂ ਬਣਾਉਣ ਜਾਵਾਂਗੇ। ਸੋ ਆਲੂ ਟਿੱਕੀ ਬਣ ਚੁੱਕੀ ਹੈ, ਸਭ ਤੋਂ ਪਹਿਲਾਂ ਅਸੀਂ ਇਹਨੂੰ ਸਟਾਰਟ ਦੇ ਵਿੱਚ ਅਸੀਂ ਲਾਵਾਂਗੇ। ਆਫਟਰ ਡੈਟ ਅਸੀਂ ਬ੍ਰੈਡ ਕਰਮ 'ਚ ਇਹਨੂੰ ਕੋਟ ਕਰਾਂਗੇ ਤਾਂ ਕਿ ਜੋ ਟਿੱਕੀ ਹੈ ਥੋੜ੍ਹੀ ਕ੍ਰਿਸਪੀ ਹੋ ਜਾਏ। ਫਿਰ ਇਹਨੂੰ ਅਸੀਂ ਡਾਇਰੈਕਟਲੀ ਅਸੀਂ ਆਇਲ ਦੇ ਵਿੱਚ ਇਹਨੂੰ ਫਰਾਈ ਕਰਾਂਗੇ। ਜੋਬ ਦੇ ਬਾਰੇ ਸੋਚਿਆ ਸੀ ਕਿ ਜੋਬ ਕਰੀਏ ਗ੍ਰੈਜੂਏਸ਼ਨ ਤੋਂ ਮੈਂ ਆਈ ਟੀ ਕੀਤਾ ਹੋਇਆ, ਡੀ ਏ ਵੀ ਕਾਲਜ ਤੋਂ ਮੈਂ ਆਈ ਟੀ ਕੀਤਾ ਹੋਇਆ ਅਤੇ ਸੋਚਿਆ ਸੀ ਕਿ ਜੋਬ ਕਰਾਂਗੇ, ਬਟ ਮੇਰਾ ਇੰਟਰਸਟ ਕੁਛ ਹੋਰ ਵਿੱਚ ਸੀ, ਮੇਰਾ ਇੰਟਰਸਟ ਆਰਟ ਦੇ ਵਿੱਚ ਸੀ। ਸੋ ਇਸ ਕਰਕੇ ਫਿਰ ਮੈਂ ਨੇਲ ਐਕਸਟੈਂਸ਼ਨ ਦਾ ਕੋਰਸ ਕੀਤਾ, ਹੁਣ ਮੈਂ ਨੇਲ ਐਕਸਟੈਂਸ਼ਨ ਦੀ ਟੀਚਰ ਦੀ ਜੋਬ ਕਰਦੀ ਹਾਂ। ਮੈਂ ਸਟੂਡੈਂਟ ਨੂੰ ਸਿਖਾਉਂਦੀ ਹਾਂ ਇੰਟਰਨੈਸ਼ਨਲ ਸਕੂਲ ਆਫ ਡਿਜ਼ਾਈਨ ਦੇ ਵਿੱਚ, ਮੈਂ ਐਜ਼ ਅ ਟੀਚਰ ਉੱਥੇ ਪਰਫੋਰਮ ਕਰਦੀ ਹਾਂ। ਤਾਂ ਮੈਮ ਦਿਨੇ ਤੁਸੀਂ ਟੀਚਿੰਗ ਕਰਦੇ ਹੋ ਅਤੇ ਸ਼ਾਮ ਨੂੰ ਤੁਸੀਂ ਇੱਥੇ ਆ ਕੇ ਬਰਗਰ ਤਿਆਰ ਕਰਦੇ ਹੋ, ਮੇਰੀ ਬਰਗਰ ਦੇ ਨਾਲ ਹੋਰ ਕਿਹੜੀ ਚੀਜ਼ਾਂ ਇੱਥੇ ਮਿਲਦੀਆਂ ਨੇ? ਓਕੇ, ਸੋ ਬਰਗਰ ਦੇ ਨਾਲ ਸਾਡੇ ਕੋਲ ਫਰਾਈਜ਼ ਨੇ, ਫਰਾਈਜ਼ ਡਿਫਰੈਂਟ ਟਾਈਪਸ ਦੇ ਫਰਾਈਜ਼ ਨੇ, ਸਿੰਪਲ ਫਰਾਈਜ਼, ਪੈਰੀ ਪੈਰੀ ਫਰਾਈਜ਼ ਔਰ ਚੀਜ਼ ਫਰਾਈਜ਼। ਫਿਰ ਸਾਡਾ ਕ੍ਰਿਸਪੀ ਬਰਗਰ ਆ ਜਾਂਦਾ ਹੈ, ਉਸ ਤੋਂ ਬਾਅਦ ਕੀਟੋ ਬਰਗਰ ਹੈ, ਫਿਰ ਚਿਕਨ ਕ੍ਰਿਸਪੀ ਬਰਗਰ ਹੈ, ਫਿਰ ਇੱਕ ਟਰਕਿਸ਼ ਦੀ ਡਿਸ਼ ਹੈ, ਹਾਂਜੀ ਚੀਜ਼ੀ ਐਟ ਪੈਨ ਕੇਕ ਹੈ, ਔਰ ਆਫਟਰ ਡੈਟ ਕੀਟੋ ਬਰਗਰ ਨੇ ਚਿਕਨ ਵਿੱਚ ਵੀ ਔਰ ਨੋਨ ਵੈਜ ਵਿੱਚ ਵੀ। ਤਾਂ ਹੁਣ ਸਾਡਾ ਕ੍ਰਿਸਪੀ ਬਰਗਰ ਤਿਆਰ ਹੋ ਰਿਹਾ ਹੈ ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਉਹ ਤਿਆਰ ਕਰਦੇ ਨੇ।
ਤੇ ਮੈਂ ਦੱਸ ਰਹੀ ਕਿ ਉਹਨਾਂ ਨੂੰ ਖਿਲਾਣ ਦਾ ਬਹੁਤ ਜ਼ਿਆਦਾ ਸ਼ੌਕ ਹੈਗਾ ਤੇ ਤੁਸੀਂ ਵੀ ਇੱਕ ਵਾਰ ਜ਼ਰੂਰ ਇੱਥੇ ਵਿਜ਼ਿਟ ਕਰਕੇ ਦੇਖੋ ਤੇ ਤੁਸੀਂ ਵੀ ਖਾਓ ਕ੍ਰਿਸਪੀ ਬਰਗਰ। ਸੋ ਹੁਣ ਬਰਗਰ ਜਦ ਤੱਕ ਸਾਡੀ ਟਿੱਕੀ ਜਦੋਂ ਤੱਕ ਤਿਆਰ ਹੋ ਰਹੀ ਅਸੀਂ ਬਰਗਰ ਨੂੰ ਰੈਡੀ ਕਰਾਂਗੇ। ਬਰਗਰ ਦੇ ਉੱਤੇ ਸਭ ਤੋਂ ਪਹਿਲਾਂ ਅਸੀਂ ਮਿਓਨੀਜ਼ ਲਗਾਵਾਂਗੇ ਔਰ ਮਿਓਨੀਜ਼ ਵਿੱਚ ਵੀ ਅਸੀਂ ਕੁਝ ਮਸਾਲੇ ਐਡ ਕੀਤੇ ਹੋਏ ਨੇ ਤਾਂ ਕਿ ਇਹਦਾ ਵੀ ਟੇਸਟ ਥੋੜ੍ਹਾ ਡਿਫਰੈਂਟ ਆਏ। ਕਿਹੜੇ ਕਿਹੜੇ ਮਸਾਲੇ ਮੈਮ ਇਹਦੇ ਵਿੱਚ ਪਾਏ ਹੋਏ? ਕੁਛ ਸੀਕਰੇਟ ਹੈ। ਓਕੇ, ਮਤਲਬ ਟੇਸਟ ਨੂੰ ਤੰਦੂਰੀ ਸੌਸ ਐਂਡ ਰੈਡ ਕੈਚਅਪ ਚਿਲੀ ਸੌਸ ਵਿਦ ਸਮ ਅਨੀਅਨਸ and mozzarella our fresh tikki and some slice of paneer. ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਕੰਬਾਈਨ ਕਰ ਦਾਂਗੇ। ਔਰ ਆਫਟਰ ਡੈਟ ਅਸੀਂ ਫਿਰ ਤੋਂ ਇਹਨੂੰ ਦੁਬਾਰਾ ਕੋਟ ਕਰਾਂਗੇ ਸਾਡੇ ਸਟਾਰਚ ਦੇ ਵਿੱਚ। ਔਰ ਹੁਣ ਅਸੀਂ ਇਹਨੂੰ ਕੋਟ ਕਰਾਂਗੇ ਕੋਰਨਫਲੇਕਸ ਦੇ ਵਿੱਚ। ਇੱਕ ਬਰਗਰ ਨੂੰ 10 ਮਿੰਟ ਕਿਉਂਕਿ ਉਸੇ ਟਾਈਮ ਸਾਰੀਆਂ ਚੀਜ਼ਾਂ ਫਰੈਸ਼ਲੀ ਤਿਆਰ ਕੀਤੀਆਂ ਜਾਂਦੀਆਂ। ਇਹ ਨਹੀਂ ਹੈ ਕਿ ਪਹਿਲਾਂ ਅਸੀਂ ਬਣਾ ਕੇ ਰੱਖ ਦਈਏ, ਉਸੇ ਟਾਈਮ ਸਭ ਫਰੈਸ਼ ਤਿਆਰ ਕੀਤਾ ਜਾਂਦਾ, ਉਸ ਕਰਕੇ 10 ਮਿੰਟ ਲੱਗਦਾ। ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਹਾਈਜੀਨ ਦਾ ਕਿੰਨਾ ਧਿਆਨ ਰੱਖਿਆ ਜਾ ਰਿਹਾ ਇੱਥੇ। ਬਰਗਰ ਪ੍ਰੋਪਰਲੀ ਕੋਟ ਹੋ ਚੁੱਕਿਆ, ਹੁਣ ਅਸੀਂ ਇਹਨੂੰ ਫਿਰ ਤੋਂ ਫਰਾਈ ਕਰਾਂਗੇ। ਓਕੇ, ਸੋ ਬਰਗਰ ਰੈਡੀ ਹੈ। ਹੁਣ ਅਸੀਂ ਇਹਨੂੰ ਡਿਵਾਈਡ ਕਰ ਦਾਂਗੇ 2 ਪਾਰਟਸ 'ਚ ਤਾਂ ਕਿ ਖਾਣ 'ਚ ਥੋੜ੍ਹਾ ਈਜ਼ੀ ਰਹੇ। ਹੋ ਚੁੱਕਿਆ। ਤੇ ਹੁਣ ਸਾਡਾ ਬਰਗਰ ਬਣ ਕੇ ਰੈਡੀ ਹੋ ਚੁੱਕਿਆ ਹੈ ਤੇ ਮੈਮ ਤੁਸੀਂ ਆਪਣੀ ਟਾਈਮਿੰਗ ਤੇ ਲੋਕੇਸ਼ਨ ਇੱਕ ਵਾਰੀ ਦੱਸ ਦਿਓ। ਓਕੇ, ਸਾਡੀ ਟਾਈਮਿੰਗ ਹੈ 7 ਟੂ 10:30 ਓਕਲੋਕ, 7 ਵਜੇ ਤੋਂ ਲੈ ਕੇ 10:30 ਵਜੇ ਤੱਕ ਰਾਤ ਨੂੰ ਸਾਡੀ ਟਾਈਮਿੰਗ ਹੈ। ਔਰ ਲੋਕੇਸ਼ਨ ਹੈ UT ਮਾਰਕੀਟ ਓਪੋਜ਼ਿਟ ਹਾਰਡਵੇਅਰ ਸ਼ੋਰੂਮ। ਤਾਂ ਤੁਸੀਂ ਵੀ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ, ਤੁਸੀਂ ਬਰਗਰ ਦੇਖ ਸਕਦੇ ਹੋ ਕਿ ਕਿੰਨੇ ਅਜ਼ੀਜ਼ ਲਜ਼ੀਜ਼ ਤਰੀਕੇ ਨਾਲ ਇੱਥੇ ਬਣਾਇਆ ਗਿਆ ਹੈ। ਤੇ ਮੈਮ ਇਹ ਬਰਗਰ ਦਾ ਪ੍ਰਾਈਸ ਕੀ ਹੈ? ਬਰਗਰ ਦਾ ਪ੍ਰਾਈਸ 80 ਰੁਪੀਸ ਹੈ।
ਸੋ ਮੈਂ ਤਾਂ ਇਹ ਚਾਹਵਾਂਗੀ ਕਿ ਬਹੁਤ ਯੂਨੀਕ ਹੈ, ਬਹੁਤ ਟੇਸਟੀ ਹੈ, ਸਾਰੇ ਆਉਣ ਇੱਕ ਵਾਰ ਟੇਸਟ ਕਰਨ ਔਰ ਆਪਣੇ ਆਪ ਨੂੰ ਦੱਸਣ, ਸਾਨੂੰ ਵੀ ਦੱਸਣ ਕਿ ਕੁਛ ਚੇਂਜਿਸ ਅਗਰ ਚਾਹੀਦੇ ਤਾਂ ਇਸ ਤੋਂ। ਅਤੇ ਹਾਂਜੀ, ਤੁਸੀਂ ਵੀ ਜੇਕਰ ਦਿੱਲੀ ਦਾ ਕ੍ਰਿਸਪੀ ਬਰਗਰ ਅੰਮ੍ਰਿਤਸਰ ਦੇ ਵਿੱਚ ਖਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਉਣਾ ਪੈਣਾ ਠਾਠ ਬਾਠ ਦੇ ਬਿਲਕੁਲ ਸਾਹਮਣੇ, ਓਪੋਜ਼ਿਟ ਠਾਠ ਬਾਠ ਦੇ ਓਪੋਜ਼ਿਟ ਆਉਣਾ ਪੈਣਾ ਇੱਕ ਵਾਰੀ। ਅਤੇ ਟਾਈਮਿੰਗ ਹੀ ਹੈ 7 ਵਜੇ ਤੋਂ ਲੈ ਕੇ ਰਾਤੀ 10:30 ਤੱਕ। ਹਾਂ, ਤੁਸੀਂ ਬਰਗਰ ਦੇਖਿਆ ਕਿ ਕਿਸ ਤਰ੍ਹਾਂ ਤਿਆਰ ਕੀਤਾ। ਜੇਕਰ ਤੁਸੀਂ ਵੀ ਕ੍ਰਿਸਪੀ ਬਰਗਰ, ਦਿੱਲੀ ਦਾ ਕ੍ਰਿਸਪੀ ਬਰਗਰ ਇੱਥੇ ਅੰਮ੍ਰਿਤਸਰ ਦੇ ਵਿੱਚ ਖਾਣਾ ਚਾਹੁੰਦੇ ਹੋ ਤਾਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ UT ਮਾਰਕੀਟ ਠਾਠ ਬਾਠ ਦੇ ਬਿਲਕੁਲ ਸਾਹਮਣੇ। ਟਾਈਮਿੰਗ ਵੀ ਤੁਹਾਨੂੰ ਪਤਾ ਲੱਗ ਚੁੱਕੀ ਹੈ 7 ਵਜੇ ਤੋਂ ਲੈ ਕੇ 10:30 ਤੱਕ। ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੇ ਹੋ? ਇੱਕ ਵਾਰੀ ਕ੍ਰਿਸਪੀ ਬਰਗਰ ਖਾਣ ਲਈ ਜ਼ਰੂਰ ਇੱਥੇ ਆਓ। ਇਸੇ ਦੇ ਨਾਲ ਹੀ ਮੈਂ ਮਧੂ ਮਿਸ਼ਰਾ, ਕੈਮਰਾਮੈਨ ਅਰਸ਼ਦੀਪ ਦੇ ਨਾਲ ਗੇਟ ਪੰਜਾਬ TV ਅੰਮ੍ਰਿਤਸਰ।